ਇਹਨੂੰ ਤਾਂ ਮੈਨੂੰ ਲੈ ਜਾਂਦਾ ਰੱਬ ਯਾਰ, ਉਹਨੂੰ ਨਾ ਜਵਾਕ ਨੂੰ ਲੈ ਕੇ ਆਉਂਦਾ ਜੋ ਬਹੁਤ ਉਮਰ ਪਈ ਤੁਸੀਂ ਜਵਾਕ ਦੀ ਹੈ। ਬੂਟਾ ਸਿੰਘ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ, ਭਰਾ ਸੀ ਕੀ ਕਹਿ ਸਕਦੇ, ਮਾੜਾ ਮੋਟਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੱਚਿਆਂ ਦਾ ਰੌਲਾ ਚੱਲਦੀ ਹੈਗਾ। ਸਾਡੇ ਕੋਲ ਤਾਂ ਇਹ ਰੱਖਣੀਆਂ ਬਣਾਉਂਦਾ ਸੀ, ਦੋਨਾਂ ਭਰਾਵਾਂ ਨੇ ਬਣਾ ਲਈ ਸੀ, ਉਹੀ ਰਹਿੰਦਾ ਸੀਗਾ, ਉਹਨੇ ਬਣਾਉਣੀ ਸੀ ਰੱਖੜੀ। ਸਾਨੂੰ ਕਹਿੰਦੇ ਮਾੜਾ ਜਾ ਕੇ ਆਉਣਾਗਾ, ਸਾਨੂੰ ਨੀ ਪਤਾ ਵੀ ਇਹ ਰੱਬ ਜਾਣਦਾ ਕੀ ਭਾਣਾ ਵਾਪਰਿਆ। ਉਹਨਾਂ ਦੇ ਪਕੜੇ ਕੋਲੇ ਸੀਗੇ, ਉਹ ਪੈਂਡਰੂ ਆਉਂਦੇ ਸੀਗੇ ਜੀ, ਉਹਦੇ ਮਗਰ ਦੀ ਵਾਰਦਾਤ ਹੋਈ ਹੈ ਜੀ। ਜਿਹੜਾ ਮੁੰਡਾ ਉਹਦਾ ਮੁੰਡਾ ਨਾਲ ਸੀ ਨਾ ਉਹਦੇ, ਉਹਨੇ ਇਕੱਲੇ ਅਰਸ ਦਾ ਨਾਂ ਲਿਆ ਮੇਰੇ ਕੋਲੇ ਤਾਂ, ਪਰ ਦੂਜਿਆਂ ਦਾ ਨੀ ਮੇਰੇ ਕੋਲੇ ਨਾਂ ਲਿਆ ਉਹਨੇ। ਰਣਜੀਤ ਕਲਾਂ ਤੋਂ ਵੀ ਅਰਸ ਅਰਸ ਮੁੰਡਾ। ਹਾਂਜੀ ਹੁਣ ਕਿਵੇਂ ਆ ਮੁੰਡਾ? ਹੁਣ ਤਾਂ ਜੀ ਪੂਰਾ ਹੋ ਗਿਆ ਜੀ, ਹੁਣ ਤਾਂ ਜੀ ਬਲਵੀਰ ਸਿੰਘ ਜੀ, ਇੱਕ ਹਾਦਸਾ ਹੋਇਆ, ਲੜਕੇ ਦੀ ਮੌਤ ਹੋਈ ਸੀ, ਤੁਸੀਂ ਹਸਪਤਾਲ ਆਏ, ਕੀ ਮਾਮਲਾ ਕੀ ਸੀ ਔਰ ਕਦੋਂ ਦਾ ਮਾਮਲਾ ਜੀ? ਮਾਮਲਾ ਇਹ ਹੈ ਜੀ, ਕੱਲ ਕਰੀਬ 4 ਵਜੇ ਦੀ ਗੱਲ ਆ, 4:45 ਦੀ, ਅਮਨਿੰਦਰ ਸਿੰਘ ਸੀਗਾ ਜੀ ਮੁੰਡਾ ਨਿਰਮਲ ਸਿੰਘ ਦਾ, ਇਹਨਾਂ ਮੋਟਰਸਾਈਕਲ 'ਤੇ ਆ ਰਿਹਾ ਸੀਗਾ, ਇਹਦੇ ਮਗਰ ਪਿੰਡ ਦੇ ਮੁੰਡੇ 2-3 ਲੱਗ ਗਏ। ਇੱਕ ਤਾਰਸ਼ੂ ਸੀਗਾ ਜੀ, ਉਹਦੀ ਮਾਸੀ ਦਾ ਮੁੰਡਾ ਸੀ, ਇੱਕ ਹੋਰ ਅਣਪਛਾਤਾ ਸੀ। ਉਹਨਾਂ ਦੇ ਮਗਰ ਪਹਿਲਾਂ ਇਹਨਾਂ ਦੀ 2 ਮਹੀਨੇ ਲੜਾਈ ਹੋਈ ਸੀਗੀ, ਉਹਦੀ ਰੰਜਿਸ਼ ਕਰਕੇ ਇਹਨਾਂ ਦੇ ਮਗਰ ਲੱਗ ਗਏ। ਜਦੋਂ ਅਤੇ ਮੋਟਰਸਾਈਕਲ ਭਜਾਈ ਜਾਂਦਾ ਸੀ ਮੂਹਰੇ ਮੁੰਡਾ ਤੇਜ਼, ਉਸ ਤੋਂ ਬਾਅਦ ਇਹਨਾਂ ਨੇ ਮਗਰ ਮੋਟਰਸਾਈਕਲ 'ਚ ਲੱਤ ਮਾਰੀ, ਉਹਦਾ ਮੋਟਰਸਾਈਕਲ ਫਿਰ ਡੋਲ ਕੇ ਦਰਖਤ 'ਚ ਵੱਜ ਕੇ ਉਹਦੀ ਮੌਤ ਹੋ ਗਈ। ਅਤੇ ਮ੍ਰਿਤਕ ਦੇ ਭਰਾ ਗੁਰਤਿਤ ਸਿੰਘ ਦੇ ਬਿਆਨ 'ਤੇ ਪਰਚਾ ਦਰਜ ਕਰਤਾ ਜੀ ਇਹਨਾਂ ਦੇ। ਕਿੰਨੀਆਂ ਇਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ? 3 ਬੰਦਿਆਂ 'ਤੇ ਮਾਮਲਾ ਦਰਜ ਕਰਨਾ। ਕਿਹੜੀ ਤਰ੍ਹਾਂ ਦੇ? 105 ਜੀਵਨ 3-5 ਐਨ BSNS ਤੇ ਜਿਹੜੇ ਹੈਗੇ ਇਹਨਾਂ ਨੂੰ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਏ, ਰੇਡ ਕੀਤੇ ਗਏ ਜੀ, ਘਰੇ ਜਿੰਦੇ ਲਾ ਕੇ ਭੱਜ ਗਏ, ਕੋਈ ਨਹੀਂ ਮਿਲਿਆ ਹਲੇ। ਤੇ ਅੱਜ ਪੋਸਟਮਾਰਟਮ ਕਰਵਾ? ਹਾਂ, ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਊਗੀ।